बंद कर दे कुड़ी जड़ा ले भेजनिया अस्सलाम वालेकुम मेरे दोस्तों मेरे यारो कादी टेंशन है कादी टेंशन है कादी टेंशन है कि जे मैं आ गई है सारा काम दसांगी सारा तरीका समझावांगी हां जी चलो बेटा साथ मेरा देना है ना बगाड़ता ते कंजरा दी गल्ला उते नहीं जाना जो मजा तन्नू मैं देना है ना इना दी मावा भैणा ने भी नहीं देना हां जी साडियां मावा भैणा भी नहीं देना जदों मदे तो बाद तुसी मरना चुकना असी हां इन्ने बड़े दिते उन्हें भाम दे बदरी आला कड़ाइया चुक के टाइम पूरा नहीं होया जेड़ा मेरे ने गंदी गल नहीं करनी मैं
तकलीफ हैगी है समझ आई है ना बाप ड्रामा हो गया भाई शरीफ हो गया ओए तेरे वाला में इतनी आग लगी तेरे जज्बातों में भी हार होना क्या मतलब मैं शरीफ हूं मैं शरीफ हूं मैं शरीफ हूं सनी लोनत अगला तरीका तेरे को पूछती है ए तुसी चाहने ਤੜ ਕੋ ਰਸ਼ ਪਿਆ ਹੋਵੇ ਬੰਦਿਆਂ ਦਾ ਕਿਨਾਰਿਆਂ ਤੇ ਲੈਸ ਲਵਾਓ ਤੁਹਾਡੇ ਇਹ ਸੋਹਣੇ ਹੁਸਨ ਤੇ ਮੈਨੂੰ ਇੱਕ ਸ਼ੇਰ ਆਇਆ ਹਾਏ ਹਾਏ ਕੀ ਆਇਆ ਕਹਿੰਦਾ ਤੇਰੇ ਸੀਨੇ ਉੱਤੇ ਦੋ ਵਕੀਲ ਵੈਰੀ ਗੁੱਡ ਆ ਵਕੀਲ ਗੋਲ ਕਿਲੋ ਦੇ ਹੋ ਗਏ ਕਹਿੰਦਾ ਤੇਰੇ ਸੀਨੇ ਉੱਤੇ ਦੋ ਵਕੀਲ ਵਾਵਾ ਮੈਨੂੰ ਮੁਕਦਮਾ ਦਰਜ ਕਰਾਉਣ ਦੇ ਤੇਰੀ ਧੁੰਨੀ ਥੱਲੇ ਸੈਂਟਰ ਜੇਲ੍ਹ ਮੇਰਾ ਕੈਦੀ ਅੰਦਰ ਜਾਵਣ ਦੇ शेर चढ़िया गया ਕੱਠੇ ਪਏ ਉਠੇਂਦਾ ਹੀ ਕੋਈ ਨਹੀਂ ਸੁੱਤੇ ਪਏ ਜਗੇਂਦਾ ਹੀ ਕੋਈ ਨਹੀਂ ਹਾਂਜੀ ਇਹਨਾਂ ਦੀਆਂ ਮਸਮੀਆਂ ਦੜਾ ਦੜ ਵੇਖਦੀਆਂ ਸਾਡਾ ਕੇਲਾ ਲੈਂਦਾ ਹੀ ਕੋਈ ਨਹੀਂ ਆਹ ਤੁਹਾਡੇ ਕੋ ਕੇਲਾ ਵਾ ਇਹ ਫੌਜ ਕੀ ਹੋ ਜਾ ਮੰਡੀਆਂ ਤਾਂ ਨਹੀਂ ਲਿਆਉਂਦੇ ਉੱਥੇ ਹੀ ਲੰਗਰ ਲਾ ਕੇ ਚਾਚਾ ਜੀ ਤੁਸੀਂ ਤੇ ਖਾਓ ਇਹਨਾਂ ਦੇ ਘਰ ਨਾਈ ਦੇਗ ਪਕਾਉਣ ਆਇਆ ਕਹਿੰਦਾ ਛੋਲੇ ਧੋ ਲੋ ਬੁੜੀਆਂ ਸਾਰੀਆਂ ਵਾਸ਼ਰੂਮ ਚ ਤੇ ਉਸੇ ਵਿਆਹ ਤੇ ਭਾਈ ਫੌਜ ਕੀ ਹੋ ਗਈ ਅੱਛਾ ਮੇਰੇ ਹੱਥ 'ਚ ਦਾਣੇ ਵਾਲੀ ਪਲੇਟ ਆ ਗਈ ਤੇ ਮੈਂ ਸਿੱਧਾ ਹੀ ਇਹਨਾਂ ਦੇ ਘਰ ਸਭ ਤੋਂ ਪਹਿਲਾਂ ਇਹਦੀ ਅੰਮੀ ਨਿਕਲੀ ਮੈਂ ਕਿਹਾ ਆ ਤੇਰਾ ਛੋਲਾ ਭਾਈ ਉਸੇ ਖਤਮ 'ਚ ਮੈਂ ਚੁੱਕ ਲਿਆ ਇੱਕ ਖਰਬੂਜਾ ਮੈਂ ਛੁਰੀ ਫੜੀ ਕੱਟਿਆ ਜਾ ਕੇ ਇਹਨਾਂ ਦਾ ਬੂਹਾ ਖੜਕਾਇਆ ਇਹਦੀ ਅੰਮੀ ਬਾਹਰ ਆਈ ਮੈਂ ਕਿਹਾ ਆ ਬੀਬੀ ਤੇਰੀ ਫਾੜੀ ਆ ਤੇਰੀ ਮਾਸੀ ਦੀ ਭਾਈ ਤੁਹਾਡੀਆਂ ਗੱਲਾਂ ਤੋਂ ਲੱਗਦਾ ਹਾਂਜੀ ਗੱਲ ਆ ਜਿਹੜੀ ਮੂੰਹ ਤੇ ਮਾਵਾ ਪੜਾ ਤੁਹਾਡੀਆਂ ਕੋਈ ਕਰਪਟ ਹੋਰਤਾ ਹੋਣ ਲਓ ਜੀ ਸ਼ੇਰ ਸੁਣਾਉਨੇ ਅਸੀਂ ਤੁਹਾਨੂੰ ਅੱਛਾ ਜੀ ਅੱਧ ਜਾ ਯੁਗਮ ਕੀ ਚਲੀ ਚਮ ਨੂੰ ਜੁੜ ਕੇ ਰਹਿ ਗਿਆ ਵਾਹ 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 ਅੱਗੇ ਕਹਿੰਦੇ ਆਹੋ ਮੈਂ ਮੂੰਹ ਅੱਧ ਜਾ ਯੁਗਮ ਕੀ ਚਲੀ ਚਮ ਨੂੰ ਜੁੜ ਕੇ ਰਹਿ ਗਿਆ ਵਾਹ ਟਰੱਕ ਕੂੜੇ ਵਾਲਾ ਨੰਗਾ ਤੇ ਚੂੜਾ ਇੱਥੇ ਰਹਿ ਗਿਆ ਹਾਂਜੀ ਘੁੰਮਣ ਵਾਲੀ ਔਰਤ ਦਾ ਬੱਚਾ गाड़ी में कपड़ा डालो बच्चे चिरीटे ना मार दे गाड़ी किसी को लत ना मार गल कर लेंगे रोन लग पा बाद चो ये बाहर गली च पानी खड़ दी ओरी वजह भाई ये बाहर फॉर्चूनर मेरा खड़ा तुम चाहते हो टाइम ना घर पर जाओ हाँ जी हाँ जी तूड़ी दाना पाओ भाई वाकई आपने मुझे पहचाना नहीं है उसी कराची में लाश आई है नहीं आई एम जैन बट काट काट ਅਲਾਕੇ ਜ਼ੈਨ ਬੱਟ ਨੂੰ ਤੇਰੇ ਨਾਲ ਸੋਹਣਾ ਫੋੜਾ ਨਿਕਲਦਾ ਜਿੱਦਾਂ ਦਾ ਤੁਹਾਡਾ ਰੰਗ ਆ ਨਾ ਤੁਸੀਂ ਨਾ ਪਤਾ ਸੌਖਾ ਯਾਰ ਰੱਖੋ ਕੀ ਗੈਮਸ ਪਿਤਰਸ ਨਹੀਂ ਬੋਲਦਾ ਬੱਟ ਮੇਰੇ ਪਿਤਰਸ ਨਹੀਂ ਜ਼ੈਨ ਬੱਟ ਜ਼ੈਨ ਬੱਟ ਦਾ ਕਿਹਾ ਤੂੰ ਕਹ ਜ਼ੈਨ ਬਾਟਾ ਅਰੇ ਜ਼ਾਰੀ ਬਾਤ ਮਰਾਚੀ ਲੋਕ ਦੇ ਕੇ ਮਰ ਜਾਂਦੇ ਹੈ ਲੈਟ ਬੁਲ ਪੀਣਾ 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 ਤੁਸੀਂ ਵੀ ਪੀਣਾ ਐ ਮੈਂ ਵੀ ਪੀਣਾ ਮੈਨੂੰ ਵੀ ਭਰਾ ਕੇ ਦਿਓ ਕਿਹੜੀ ਰੂੜੀ ਤਾਂ ਲੁਕ ਚੁੱਕੀ ਐ ਸਹੀ ਦੱਸੀ ਭਾਈ ਜੀ ਉਹ ਭਰਦੇ ਨਹੀਂ ਮੈਂ ਪੀ ਲੈਣਾ ਤੁਸੀਂ ਥੱਲੇ ਬਹਿ ਕੇ ਪੀ ਲਓ ਭਾਈ ਤੁਸੀਂ ਮੈਨੂੰ ਪਛਾਣਿਆ ਨਹੀਂ ਇਹ ਖਾਲੀ ਆ ਨਾ ਹਾਂ ਇਹ ਕੇ ਐਫ ਐਮ ਦੀ ਕੇਟਰਿੰਗ ਹਾਲਾ ਇਹਦੇ ਜੱਫਾਂ ਦੀ ਕਿਹੜੀ ਕੇਟਰਿੰਗ ਮੈਂ ਪਛਾਣ ਲਿਆ ਤੁਹਾਨੂੰ ਯਕੀਨ ਦਿਓ ਅਰੇ ਉਹ ਸੁਬਾ
ਬਾਤ ਤੁਸੀਂ ਨਹੀਂ ਜਿਹਨੇ ਲੈਪਟਾਪ ਵਾਂਗੋ ਫਟੀਆਂ ਚੁੱਕੀਆਂ ਨੇ ਕੂੜਾ ਚੁੱਕਣ ਲੱਗਿਆ ਇਹ ਭਾਜੀ ਹਾਂਜੀ ਇਹ ਗੱਲ ਤੇ ਮੈਨੂੰ ਦੱਸੋ ਕੀ ਇਹ ਜਦੋਂ ਬੱਚੇ ਪੈਦਾ ਹੋਣ ਵਾਲੇ ਹੁੰਦੇ ਹਾਂ ਮਾਵਾਂ ਸੋਹਣੀਆਂ ਸੋਹਣੀਆਂ ਤਸਵੀਰਾਂ ਕਿਉਂ ਵੇਂਦੀਆਂ ਤਾਂ ਕਿ ਬੱਚੇ ਖੂਬਸੂਰਤ ਪੈਦਾ ਹੋਣ ਤੇ ਤੁਹਾਡੀ ਮਾਂ ਨੇ ਇੰਨ ਖੁੱਲਾ ਵੇਖਿਆ ਕਿਰੇ ਹਲੋ ਗਰੀਸ ਵਾਲੀ ਟਾਕੀ ਜੀ ਜੀ ਅੱਛਾ ਮੁਸਲਮਾਨਾਂ ਦਾ ਵਿਆਹ ਹੋਵੇ ਹਨਾ ਹਾਂਜੀ ਆਜਾ